ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਐਚਐਸ ਫੂਲਕਾ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਹਰ ਐਮਐਲਏ ਨੂੰ ਪ੍ਰਤੀ ਸਾਲ 3 ਕਰੋੜ ਰੁਪਏ ਮਿਲਣਾ ਚਾਹੀਦਾ ਹੈ ਤਾਂ ਉਹ ਆਪਣੇ ਹਲਕੇ ਦਾ ਵਿਕਾਸ ਕਰਾ ਸਕਣ। ਇਸ ਮੌਕੇ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਇਸ ਮਾਮਲੇ ਤੇ ਸਪੀਕਰ ਨੂੰ ਪ੍ਰਾਈਵੇਟ ਬਿੱਲ ਦਿੱਤਾ ਹੈ ਤਾਂ ਕਿ ਇਸ ਮਾਮਲੇ ਤੇ ਵਿਧਾਨ ਸਭਾ ਵਿੱਚ ਬਹਿਸ ਹੋ ਸਕੇ। ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਵਿਧਾਨ ਸਭਾ ਵਿੱਚ ਪ੍ਰਾਈਵੇਟ ਬਿੱਲ ਵੀ ਲੈ ਕੇ ਆਉਣਗੇ। ਉਹਨਾਂ ਵੀ ਕਿਹਾ ਕਿ ਹਲਕਿਆਂ ਦਾ ਬਿਹਤਰ ਵਿਕਾਸ ਤਾਂ ਹੀ ਹੋ ਸਕਦਾ ਹੈ ਜੇ ਵਿਧਾਇਕਾਂ ਨੂੰ ਫੰਡ ਦੇ ਕੇ ਬਣ ਦਾ ਮਾਣ ਸਤਿਕਾਰ ਦਿੱਤਾ ਜਾਏ। ਇਸ ਮੌਕੇ ਫੂਲਕਾ ਨੇ ਇਹ ਵੀ ਕਿਹਾ ਕਿ ਅਸੀਂ ਸੁਖਪਾਲ ਖਹਿਰਾ ਦਾ ਚੀਫ ਵਿਪ ਤੇ ਸਪੋਕਸਮੈਨ ਵਜੋਂ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ ਤੇ ਉਹਨਾਂ ਨੂੰ ਮਨਾ ਲਵਾਂਗੇ। ਉਹਨਾਂ ਕਿਹਾ ਕਿ ਪਾਰਟੀ ਵਿੱਚ ਹੁਣ ਸਭ ਕੁਝ ਠੀਕ ਠਾਕ ਹੈ। ਤਕਰੀਬਨ ਹਫ਼ਤਾ ਪਹਿਲੇ ਮੇਰੀ ਤਰਫ ਸੇ ਸਪੀਕਰ ਸਾਹਿਬ ਕੋ ਪੰਜਾਬ ਵਿਧਾਨ ਸਭਾ ਮੇਂ ਉਹਨਾਂ ਨੇ ਐਸ਼ੋਰੈਂਸ ਦੀ ਹੈ ਕਿ ਇਸਕੋ ਗਵਰਨਮੈਂਟ ਕੇ ਪਾਸ ਭੇਜੇਂਗੇ ਤਾਂ ਕਿ ਇਸਕੋ ਰਿਵਿਊ ਕੀਆ ਜਾ ਇਸਕੋ ਸਟੱਡੀ ਕੀਆ ਜਾ ਸਕੇ। ਖਹਿਰਾ ਸਾਹਿਬ ਬਿਲਕੁਲ ਚੀਫ ਵਿਪ ਹੈਗੇ ਆ, ਉਹਨਾਂ ਦਾ ਕੋਈ ਅਸਤੀਫਾ ਨਹੀਂ ਐਕਸੈਪਟ ਕਰਨਾ, ਬਿਲਕੁਲ ਨਹੀਂ ਕਰਨਾ, ਮੈਂ ਬੜਾ ਕਲੀਅਰ ਕਰ ਰਿਹਾ। ਸਾਰੇ ਜਦੋਂ ਐਮ ਐਲ ਏ ਇਕੱਠੇ ਹੋ ਕੇ ਉਹਨਾਂ ਨੂੰ ਕਹਾਂਗੇ, ਉਹ ਵੀ ਮਨਾ ਨਹੀਂ ਕਰ ਸਕਦੇ।